ਸਤਿ ਸ਼੍ਰੀ ਅਕਾਲ ਤੁਸੀਂ ਦੇਖ ਰਹੇ ਹੋ ਸਕੈਨ ਉਸ ਪੰਜਾਬ ਪੰਜਾਬ ਵਿੱਚ ਵਿਧਾਨ ਸਭਾ ਚੋਣਾਂ ਵਿੱਚ ਮਿਲੀ ਇਤਿਹਾਸਿਕ ਜਿੱਤ ਤੋਂ ਬਾਅਦ ਸੀਐਮ ਭਗਵੰਤ ਮਾਨ ਵੱਲੋਂ ਆਪਣੇ ਮੰਤਰੀ ਮੰਡਲ ਦਾ ਗਠਨ ਕਰ ਦਿੱਤਾ ਗਿਆ ਹੁਣ ਤੱਕ ਦੀ ਮਿਲੀ ਜਾਣਕਾਰੀ ਮੁਤਾਬਕ ਮੰਤਰੀ ਮੰਡਲ ਦੇ ਵਿੱਚ 10 ਨਾਮ ਸ਼ਾਮਿਲ ਕੀਤੇ ਜਾ ਚੁੱਕੇ ਹਨ ਜਿਨ੍ਹਾਂ ਨੂੰ ਪ੍ਰਸ਼ਾਸਨਿਕ ਅਫਸਰਾਂ ਵੱਲੋਂ ਪੰਜਾਬ ਸਿਵਲ ਸਕੱਤਰੇਤ ਵਿਖੇ ਕਮਰੇ ਅਲਾਟ ਕਰ ਦਿੱਤੇ ਗਏ ਹਨ ਮਿਲੀ ਜਾਣਕਾਰੀ ਮੁਤਾਬਕ 10 ਨਾਮਾਂ ਵਿੱਚੋਂ 4 ਨਾਮ ਅਜਿਹੇ ਹਨ ਜਿਨ੍ਹਾਂ ਨੂੰ 2 ਕਮਰੇ ਅਲਾਟ ਹੋਏ ਹਨ ਉਸ ਤੋਂ ਇਲਾਵਾ ਬਾਕੀ 6 ਮੰਤਰੀਆਂ ਨੂੰ ਇੱਕ ਇੱਕ ਕਮਰਾ ਪੰਜਾਬ ਸਿਵਲ ਸਕੱਤਰੇਤ ਵਿਖੇ ਅਲਾਟ ਕੀਤਾ ਗਿਆ ਜੇ ਅਸੀਂ ਗੱਲ ਕਰੀਏ ਕੈਬਨਿਟ ਮੰਤਰੀ ਸਾਹਿਬਾਨਾਂ ਦੀ ਤਾਂ ਲੜੀਵਾਰ ਨਾਮ ਹੈ ਹਰਪਾਲ ਸਿੰਘ ਚੀਮਾ ਜਿਨ੍ਹਾਂ ਨੂੰ 2 ਕਮਰੇ ਅਲਾਟ ਹੋਏ ਹਨ ਕਮਰਾ ਨੰਬਰ 15 ਤੇ 19 ਉਸ ਤੋਂ ਬਾਅਦ ਜੇ ਗੱਲ ਕਰੀਏ ਲਾਲ ਚੰਦ ਦੀ ਤਾਂ ਉਹਨਾਂ ਨੂੰ ਕਮਰਾ ਨੰਬਰ ਅਲਾਟ ਹੋਇਆ 30 ਤੇ 31 ਜੇ ਗੱਲ ਕਰੀਏ ਗੁਰਮੀਤ ਸਿੰਘ ਮੀਤਹੇਅਰ ਦੀ ਉਹਨਾਂ ਦੇ ਕਮਰਾ ਨੰਬਰ ਹਨ 31 ਤੇ 32 ਉਸ ਤੋਂ ਬਾਅਦ ਜਿਹੜਾ ਚੌਥਾ ਨਾਂ ਹੈ ਜਿਨ੍ਹਾਂ ਨੂੰ 2 ਕਮਰੇ ਅਲਾਟ ਹੋਏ ਹਨ ਉਹ ਹਨ ਸਰਦਾਰ ਲਾਲਜੀਤ ਸਿੰਘ ਭੁੱਲਰ ਜਿਨ੍ਹਾਂ ਨੂੰ ਕਮਰੇ ਅਲਾਟ ਹੋਏ ਹਨ 25 ਤੇ 27 ਇਹ 4 ਨਾਮ ਅਜਿਹੇ ਹਨ ਜਿਨ੍ਹਾਂ ਨੂੰ 2-2 ਕਮਰੇ ਅਲਾਟ ਹੋਏ ਹਨ ਇਸ ਤੋਂ ਬਾਅਦ ਜਿਹੜੇ ਬਾਕੀ 6 ਨਾਮ ਆਉਂਦੇ ਹਨ ਡਾਕਟਰ ਬਲਜੀਤ ਕੌਰ ਸਰਦਾਰ ਹਰਭਜਨ ਸਿੰਘ ਡਾਕਟਰ ਵਿਜੇ ਸਿੰਗਲਾ ਕੁਲਦੀਪ ਸਿੰਘ ਧਾਲੀਵਾਲ ਸ਼੍ਰੀ ਬ੍ਰਹਮ ਸ਼ੰਕਰ ਸ਼੍ਰੀ ਹਰਜੋਤ ਸਿੰਘ ਬੈਂਸ ਇਹਨਾਂ ਸਾਰਿਆਂ ਨੂੰ ਵੀ ਕਮਰੇ ਅਲਾਟ ਕਰ ਦਿੱਤੇ ਗਏ ਹਨ ਪਰ ਇਹ ਸਾਰਿਆਂ ਦੇ ਕਮਰੇ 1-1 ਹੀ ਹਨ ਇਸ ਵਜੇ ਵੱਡੀ ਅਪਡੇਟ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਮਿਲੀ ਜਾਣਕਾਰੀ ਮੁਤਾਬਕ ਤੁਸੀਂ ਦੇਖ ਸਕਦੇ ਹੋ ਮੰਤਰੀ ਮੰਡਲ ਦਾ ਗਠਨ ਹੋ ਚੁੱਕਿਆ ਹੈ ਅਤੇ 10 ਜਿਹੜੇ ਕੈਬਨਿਟ ਮੰਤਰੀ ਚੁਣੇ ਜਾ ਚੁੱਕੇ ਹਨ ਉਹਨਾਂ ਨੂੰ ਰੂਮ ਵੀ ਉਹਨਾਂ ਨੂੰ ਕਮਰੇ ਵੀ ਅਲਾਟ ਕਰ ਦਿੱਤੇ ਗਏ ਹਨ ਤੁਸੀਂ ਤਸਵੀਰਾਂ ਲਗਾਤਾਰ ਦੇਖ ਸਕਦੇ ਹੋ ਪੰਜਾਬ ਵਿੱਚ ਵਿਧਾਨ ਸਭਾ ਚੋਣਾਂ ਵਿੱਚ ਮਿਲੀ ਇਤਿਹਾਸਿਕ ਜਿੱਤ ਤੋਂ ਬਾਅਦ ਸੀਐਮ ਭਗਵੰਤ ਮਾਨ ਵੱਲੋਂ ਆਪਣੇ ਮੰਤਰੀ ਮੰਡਲ ਦਾ ਗਠਨ ਕਰ ਦਿੱਤਾ ਗਿਆ ਹੁਣ ਤੱਕ ਦੀ ਮਿਲੀ ਜਾਣਕਾਰੀ ਮੁਤਾਬਕ ਮੰਤਰੀ ਮੰਡਲ ਦੇ ਵਿੱਚ 10 ਨਾਮ ਸ਼ਾਮਿਲ ਕੀਤੇ ਜਾ ਚੁੱਕੇ ਹਨ ਜਿਨ੍ਹਾਂ ਨੂੰ ਪ੍ਰਸ਼ਾਸਨਿਕ ਅਫਸਰਾਂ ਵੱਲੋਂ ਪੰਜਾਬ ਸਿਵਲ ਸਕੱਤਰੇਤ ਵਿਖੇ ਕਮਰੇ ਅਲਾਟ ਕਰ ਦਿੱਤੇ ਗਏ ਹਨ ਮਿਲੀ ਜਾਣਕਾਰੀ ਮੁਤਾਬਕ 10 ਨਾਮਾਂ ਵਿੱਚੋਂ 4 ਨਾਮ ਅਜਿਹੇ ਹਨ ਜਿਨ੍ਹਾਂ ਨੂੰ 2 ਕਮਰੇ ਅਲਾਟ ਹੋਏ ਹਨ ਉਸ ਤੋਂ ਇਲਾਵਾ ਬਾਕੀ 6 ਮੰਤਰੀਆਂ ਨੂੰ 1-1 ਕਮਰਾ ਪੰਜਾਬ ਸਿਵਲ ਸਕੱਤਰੇਤ ਵਿਖੇ ਅਲਾਟ ਕੀਤਾ ਗਿਆ ਜੇ ਅਸੀਂ ਗੱਲ ਕਰੀਏ ਕੈਬਨਿਟ ਮੰਤਰੀ ਸਾਹਿਬਾਨਾਂ ਦੀ ਤਾਂ ਲੜੀਵਾਰ ਨਾਮ ਹੈ ਹਰਪਾਲ ਸਿੰਘ ਚੀਮਾ ਜਿਨ੍ਹਾਂ ਨੂੰ 2 ਕਮਰੇ ਅਲਾਟ ਹੋਏ ਹਨ ਕਮਰਾ ਨੰਬਰ 15 ਤੇ 19 ਉਸ ਤੋਂ ਬਾਅਦ ਜੇ ਗੱਲ ਕਰੀਏ ਲਾਲ ਚੰਦ ਦੀ ਤਾਂ ਉਹਨਾਂ ਨੂੰ ਕਮਰਾ ਨੰਬਰ ਅਲਾਟ ਹੋਇਆ 30 ਤੇ 31 ਜੇ ਗੱਲ ਕਰੀਏ ਗੁਰਮੀਤ ਸਿੰਘ ਮੀਤਹੇਅਰ ਦੀ ਉਹਨਾਂ ਦੇ ਕਮਰਾ ਨੰਬਰ ਹਨ 31 ਤੇ 32 ਉਸ ਤੋਂ ਬਾਅਦ ਜਿਹੜਾ ਚੌਥਾ ਨਾਂ ਹੈ ਜਿਨ੍ਹਾਂ ਨੂੰ 2 ਕਮਰੇ ਅਲਾਟ ਹੋਏ ਹਨ ਉਹ ਹਨ ਸਰਦਾਰ ਲਾਲਜੀਤ ਸਿੰਘ ਭੁੱਲਰ ਜਿਨ੍ਹਾਂ ਨੂੰ ਕਮਰੇ ਅਲਾਟ ਹੋਏ ਹਨ 25 ਤੇ 27 ਇਹ 4 ਨਾਮ ਅਜਿਹੇ ਹਨ ਜਿਨ੍ਹਾਂ ਨੂੰ 2-2 ਕਮਰੇ ਅਲਾਟ ਹੋਏ ਹਨ ਇਸ ਤੋਂ ਬਾਅਦ ਜਿਹੜੇ ਬਾਕੀ 6 ਨਾਮ ਆਉਂਦੇ ਹਨ ਡਾਕਟਰ ਬਲਜੀਤ ਕੌਰ ਸਰਦਾਰ ਹਰਭਜਨ ਸਿੰਘ ਡਾਕਟਰ ਵਿਜੇ ਸਿੰਗਲਾ ਕੁਲਦੀਪ ਸਿੰਘ ਧਾਲੀਵਾਲ ਸ਼੍ਰੀ ਬ੍ਰਹਮ ਸ਼ੰਕਰ ਸ਼੍ਰੀ ਹਰਜੋਤ ਸਿੰਘ ਬੈਂਸ ਇਹਨਾਂ ਸਾਰਿਆਂ ਨੂੰ ਵੀ ਕਮਰੇ ਅਲਾਟ ਕਰ ਦਿੱਤੇ ਗਏ ਹਨ ਪਰ ਇਹ ਸਾਰਿਆਂ ਦੇ ਕਮਰੇ 1-1 ਹੀ ਹਨ ਇਸ ਵਜੇ ਵੱਡੀ ਅਪਡੇਟ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਮਿਲੀ ਜਾਣਕਾਰੀ ਮੁਤਾਬਕ ਤੁਸੀਂ ਦੇਖ ਸਕਦੇ ਹੋ ਮੰਤਰੀ ਮੰਡਲ ਦਾ ਗਠਨ ਹੋ ਚੁੱਕਿਆ ਹੈ ਅਤੇ 10 ਜਿਹੜੇ ਕੈਬਨਿਟ ਮੰਤਰੀ ਚੁਣੇ ਜਾ ਚੁੱਕੇ ਹਨ ਉਹਨਾਂ ਨੂੰ ਰੂਮ ਵੀ ਉਹਨਾਂ ਨੂੰ ਕਮਰੇ ਵੀ ਅਲਾਟ ਕਰ ਦਿੱਤੇ ਗਏ ਹਨ ਤੁਸੀਂ ਤਸਵੀਰਾਂ ਲਗਾਤਾਰ ਦੇਖ ਸਕਦੇ ਹੋ ਪੰਜਾਬ ਵਿੱਚ ਵਿਧਾਨ ਸਭਾ ਚੋਣਾਂ ਵਿੱਚ ਮਿਲੀ ਇਤਿਹਾਸਿਕ ਜਿੱਤ ਤੋਂ ਬਾਅਦ ਸੀਐਮ ਭਗਵੰਤ ਮਾਨ ਵੱਲੋਂ ਆਪਣੇ ਮੰਤਰੀ ਮੰਡਲ ਦਾ ਗਠਨ ਕਰ ਦਿੱਤਾ ਗਿਆ ਹੁਣ ਤੱਕ ਦੀ ਮਿਲੀ ਜਾਣਕਾਰੀ ਮੁਤਾਬਕ ਮੰਤਰੀ ਮੰਡਲ ਦੇ ਵਿੱਚ 10 ਨਾਮ ਸ਼ਾਮਿਲ ਕੀਤੇ ਜਾ ਚੁੱਕੇ ਹਨ ਜਿਨ੍ਹਾਂ ਨੂੰ ਪ੍ਰਸ਼ਾਸਨਿਕ ਅਫਸਰਾਂ ਵੱਲੋਂ ਪੰਜਾਬ ਸਿਵਲ ਸਕੱਤਰੇਤ ਵਿਖੇ ਕਮਰੇ ਅਲਾਟ ਕਰ ਦਿੱਤੇ ਗਏ ਹਨ ਮਿਲੀ ਜਾਣਕਾਰੀ ਮੁਤਾਬਕ 10 ਨਾਮਾਂ ਵਿੱਚੋਂ 4 ਨਾਮ ਅਜਿਹੇ ਹਨ ਜਿਨ੍ਹਾਂ ਨੂੰ 2 ਕਮਰੇ ਅਲਾਟ ਹੋਏ ਹਨ ਉਸ ਤੋਂ ਇਲਾਵਾ ਬਾਕੀ 6 ਮੰਤਰੀਆਂ ਨੂੰ 1-1 ਕਮਰਾ ਪੰਜਾਬ ਸਿਵਲ ਸਕੱਤਰੇਤ ਵਿਖੇ ਅਲਾਟ ਕੀਤਾ ਗਿਆ ਜੇ ਅਸੀਂ ਗੱਲ ਕਰੀਏ ਕੈਬਨਿਟ ਮੰਤਰੀ ਸਾਹਿਬਾਨਾਂ ਦੀ ਤਾਂ ਲੜੀਵਾਰ ਨਾਮ ਹੈ ਹਰਪਾਲ ਸਿੰਘ ਚੀਮਾ ਜਿਨ੍ਹਾਂ ਨੂੰ 2 ਕਮਰੇ ਅਲਾਟ ਹੋਏ ਹਨ ਕਮਰਾ ਨੰਬਰ 15 ਤੇ 19